ਪਰ ਪੰਜਾਬ ਲਾਈਵ ਟੀਵੀ ਜਿਹੜਾ ਆਪਾਂ ਸਾਰਾ ਕੈਪਚਰ ਹੋ ਰਿਹਾ ਇਹਨਾਂ ਦੇ ਥੈਂਕਫੁੱਲ ਹਾਂ। ਹਾਂਜੀ ਅਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਐਨਕਾਂ ਸ਼ੈਨਕਾਂ ਲਾ ਕੇ ਗਾਉਣ ਦੀਆਂ, ਗਾਇਆ ਨਹੀਂ ਕਰਦਾ। ਅਸੀਂ ਉਹਦੇ ਉੱਤੇ ਮਰੇ ਜਿਹੜਾ ਕਦਰਾਂ ਨਾ ਕਰੇ, ਖਬਰੇ ਕਹਿੰਦੇ ਧਰੇ ਬੁਰਾ ਹਾਲ ਹੋ ਗਿਆ, ਇੱਕ ਤੇ ਪਿਆਰ ਦੂਜਾ ਬੇਸ਼ੁਮਾਰ, ਤੀਜਾ ਤੇਰੇ ਨਾਲ ਹੋ ਗਿਆ, ਇੱਕ ਤੇ ਪਿਆਰ ਦੂਜਾ ਬੇਸ਼ੁਮਾਰ, ਤੀਜਾ ਤੇਰੇ ਨਾਲ ਹੋ ਗਿਆ। ਅਸੀਂ ਉਹਦੇ ਉੱਤੇ ਮਰੇ ਭਾਜੀ ਜਿਹੜਾ ਗਦਰ, ਤੈਨੂੰ ਪਾਉਣ ਲਈ, ਤੈਨੂੰ ਪਾਉਣ ਲਈ, ਤੈਨੂੰ ਪਾਉਣ ਲਈ ਮੈਂ ਸੱਜਣਾ ਬੜੇ ਪੀਰ ਫਕੀਰ ਤੇ ਆਉਣੀਆਂ, ਪਲ ਦੋ ਪਲ ਬੈ ਕੌਣ ਮੇਰੇ, ਭੇਜੀ ਭਾਜੀ ਮੇਰਾ ਗਾਣਾ ਆਇਆ ਸੀ ਪਲ ਦੋ ਪਲ, ਉਹਦਾ ਸਥਾਈ ਅੰਤਰ ਲਾ ਕੇ ਫਿਰ ਦੋ ਸਥਾਈ ਅੰਤਰਿਆਂ ਦਾ ਹੁਕਮ ਹੈ ਦੋ ਗਾਣਿਆਂ ਦਾ। ਹਾਂ ਲਾ ਦਾਂਗੇ ਭਰਾਵਾ, ਤੂੰ ਹੈ ਹੀ ਚੰਨ ਵਰਗਾ, ਉਦੋਂ ਤਾਂ ਦਿਖ ਹੀ ਜਾਂਦਾ। ਸਲੀਮ ਭਾਜੀ ਤੁਹਾਨੂੰ ਇਹੀ ਕਹਿ ਰਿਹਾ ਸੀ ਉਦੋਂ ਦਾ, ਜਾਨ ਜਾਨ ਸਮਥਿੰਗ ਕੁਛ ਕਹਿ ਰਿਹਾ ਸੀ, ਇਹ ਆਪ ਚੰਨ ਵਰਗਾ। ਪਲ ਦੋ ਪਲ ਬੈ ਕੌਣ ਮੇਰੇ, ਤੈਨੂੰ ਦਿਲ ਦਾ ਹਾਲ ਸੁਣਾਉਣੀ, ਤੈਨੂੰ ਪਾਉਣ ਲਈ ਮੈਂ ਸੱਜਣਾ ਵੇ ਬੜੇ ਪੀਰ ਫਕੀਰ ਤੇ ਆਉਣੀ ਆ, ਮੈਂ ਬੜੇ ਪੀਰ ਫਕੀਰ ਤੇ ਆਉਣੀ ਆ। ਹਾਂਜੀ ਰਾਜੂ ਆ ਜਾ, ਓਹ
ਹਲੋ
ਕਹਿੰਦਾ ਉਹਨਾਂ ਜਿੱਥੇ ਇੰਨੇ ਕਲਾਕਾਰ ਮੰਚ ਤੇ ਹੁਣ ਉੱਥੇ ਡਰਨਾ ਨਹੀਂ ਚਾਹੀਦਾ, ਉੱਥੇ ਹੌਸਲਾ ਵੱਧ ਹੈ, ਕੁਝ ਸਿੱਖਣ ਨੂੰ ਮਿਲਦਾ। ਸਲੀਮ ਭਾਜੀ ਕਿੱਧਰ? ਓਏ ਉਹ ਧੰਨ ਭਾਗ, ਧੰਨ ਭਾਗ, ਧੰਨ ਭਾਗ। ਦੁੱਖ ਦੇਣੀਏ ਨੀ ਕਿਹੜਾ, ਮੈਂ ਸੱਚ ਕਹਿੰਦਾ ਸਲੀਮ ਭਾਜੀ ਨੂੰ ਯਾਦ ਨਹੀਂ ਹੋਣਾ ਇਹਨਾਂ ਦਾ ਜਦੋਂ ਇਹ ਗਾਣਾ ਬਹੁਤ ਜ਼ਿਆਦਾ ਅਮਰ ਗਾਣਾ ਹਿੱਟ ਹੋਇਆ ਇਹ ਵਾਲਾ, ਔਰ ਕਿਸੇ ਦੇ ਫੋਨ 'ਤੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦੇ ਸੰਗਰਾਮ ਤੇਰਾ ਗਾਣਾ ਬੜਾ ਅੱਛਾ ਹੈ, ਸਵਾਲ ਪਹਿਲਾ ਜਿਹੜਾ ਆਇਆ ਸੀ 2011-12 ਦੀ ਗੱਲ ਹੈ, ਸ਼ਾਇਦ ਤੁਹਾਨੂੰ ਯਾਦ ਨਹੀਂ। ਭਰ ਚੁੱਕੇ ਜ਼ਖਮਾਂ ਨੂੰ ਹੁਣ ਕਿਉਂ ਖੇੜੇ ਤੂੰ, ਬੇਪਰਵਾਹੀਏ ਹੁਣ ਆਵੇਂ ਕਥੋਂ ਨੇੜੇ, ਸੁਖੀ ਬਸਦੇ ਆ ਨਾਲ ਹੈ, ਉਹ ਇਹੀ ਲਾ ਸਕਦਾ, ਸੁਖੀ ਬਸਦੇ ਆ ਨਾਲ ਕਥੋਂ ਖੇੜੇ, ਦੁੱਖ ਦੇਣੀਏ ਨੀ ਕਿਹੜਾ, ਦੁੱਖ ਦੇਣ ਆਈਏ ਮੈਨੂੰ ਹੋਰ ਕਿਹੜਾ ਨਵਾਂ, ਦੁੱਖ ਦੇਣ ਆਈਏ ਸੁਖੀ ਵਸਦੇ ਨਾਲ, ਸੁਖੀ ਵਸਦੇ ਸੱਚ ਦੱਸੀ ਪਿੰਡ ਸਹੁਰਿਆਂ ਦੇ ਰਹਿ ਕੇ ਸਾਨੂੰ ਕਿੰਨਾ ਕੁ ਤੂੰ ਕਰਦੀ ਸੀ ਆਦਮੀ ਹੋਏ
ਲੁੱਟ ਪੁੱਟ ਹੋ ਕੇ ਬੈਠਾ ਮੰਗੀ ਮਾਲੀ ਗਾਨੀ ਚੱਲਾ ਮੋੜੇ ਤੇਰਾ ਮੋੜ ਤਾਰੂ ਮਾਲ ਰਹਿ ਗਿਆ ਕੀ ਬਾਕੀ ਲੈਣ ਆਈਏ ਨੀ ਤੂੰ ਸੋਹਣੀਏ ਸਾਡੀਆਂ ਜੜਾਂ ਵਿੱਚ ਬੈਠ ਆਈਏ ਨੀ ਸੋਹਣੀਏ ਨੀ ਕਿਹੜਾ ਆ ਪੜ ਲਓ 5 ਮਿੰਟ ਫੁੱਲਾਂ ਦੀ ਇੱਕ ਚੀਏ ਵਪਾਰ ਕੰਡਿਆਂ ਦੇ ਬੋਝ ਸੰਭਾਲ ਜਦੋਂ ਲੱਥਿਆ ਜੋ ਚਿਹਰੇ ਤੇ ਉਧਰ ਵੀ ਆਂਦਾ ਨਕਾਬ ਭਰੀ ਬੈਠੀ ਐ ਉਹਨੇ ਨਹੀਂ ਸਵਾ ਸਦਾ
ਆ ਜਾਓ ਆਪਣਾ ਰਿਦਮ ਤੇ ਆ ਜਾਓ ਫਾਰਮੂਲਾ ਮੈਂ ਵੀ ਵਰਤ ਲਿਆ ਹੁਣ ਇਹ ਬੜਾ ਤੇਜ਼ ਹੈ ਮਿੰਟ 'ਚ ਸਨੈਪਚੈਟ ਚਾੜ ਦਿੰਦਾ ਹੈ ਹਾਂ ਸਟੋਰੀਆਂ ਅਸੀਂ ਵੀ ਸਟੋਰੀਆਂ ਪਾਉਣ ਜੋਗੇ ਹੋ ਗਏ ਹੁਣ ਆਓ ਵੀ ਮੁੰਡੇ ਆ ਜਾਓ ਤਾਂ ਚੰਗੀ ਲੱਗਦੀ ਰਹੀ ਤਾਂ ਚੰਗੀ ਲੱਗਦੀ ਰਹੀ
ਝੂਠੀ ਐ ਨੀ ਜਵਾਬ ਘੜੀ ਬੈਠੀ ਰਾਜੂ ਔਰ ਉਸਤਾਦ ਜੀ ਕੀ ਕੀਬੋਰਡ 'ਤੇ ਨੇ ਦੇਖੋ ਕਹਿੰਦੇ ਜਦੋਂ ਬੰਦਾ ਸੁਪਨਾ ਲੈਂਦਾ ਮੈਂ ਸੋਚਦਾ ਸੀ ਵੀ ਕਦੀ ਮੈਂ ਗਾਊਂਗਾ ਸਲੀਮ ਭਾਅ ਜੀ ਮੰਚ 'ਤੇ ਹੋਣ ਔਰ ਉਹ ਮੈਨੂੰ ਸਿਖਾ ਰਹੇ ਆਪ ਕੀਬੋਰਡ ਪਲੇ ਕਰਕੇ ਮੇਰੇ ਲਈ ਭਾਗਾਂ ਦੀ ਗੱਲ ਮੈਨੂੰ ਉਸਤਾਦ ਜੀ ਰੱਬ ਨੇ ਦਿੱਤਾ ਨਾ ਥੋੜ੍ਹਾ ਲੇਟ ਦਿੱਤਾ ਪਰ ਬਹੁਤ ਕੁਛ ਦਿੱਤਾ ਸੋ ਤੁਸੀਂ ਇੱਥੇ ਹੋ ਮੇਰੇ ਲਈ ਬੜੀ ਭਾਗਾਂ ਵਾਲੀ ਗੱਲ ਹੈ ਵਿੰਦਰ ਨੱਥੂ ਮਾਜਰਾ ਉਹਨਾਂ ਦਾ ਲਿਖਿਆ ਗਾਣਾ ਹੈ ਔਰ ਉਹਨਾਂ ਦਾ ਪਹਿਰਾ ਮੈਂ ਸੁਣਾਊਂਗਾ ਕੌੜ ਸੇ ਬਸ ਮਾਹੌਲ ਫਟ ਰਿਸ ਦਿਨ ਹੋ ਫਟ ਰਿਸ ਦਿਨ ਹੋ ਫਟ ਰਿਸ ਦਿਨ ਮੈਨੂੰ ਪਤਾ ਤੂੰ ਸਾਪਾਂਗਾ ਜਿਹੜਾ ਸਲੀਮ ਭਾਅ ਜੀ ਦੇ ਨਾਲ ਬਹਿ ਕੇ ਦੁੱਧ ਪੀ ਲੈਂਦਾ ਨਾ ਚੁਆਵਾਂ ਮੱਝਦਾ ਮੈਂ ਨਾ ਆਹ ਮੁੰਡੇ ਦੀ ਗੱਲ ਤੇ ਹੱਸਦਾ ਸਦੂਰ ਭਾਅ ਜੀ ਆਹ ਮੈਨੂੰ ਕਹਿੰਦਾ ਆ ਕੇ ਮੇਰੇ ਕੰਨ 'ਚ ਕਹਿੰਦਾ ਕਰਾਉਣੀ ਤਾਂ ਫੋਟੋ ਸੀ ਕਹਿੰਦਾ ਭਾਅ ਜੀ ਮੇਰੀ ਵੀ ਸਲੀਮ ਲੈਣ ਗਈ ਮੈਂ ਕਿਹਾ ਮੈਂ ਤੋਰੀ ਆ ਫਟ ਰਿਸ ਦਿਨ ਹੋ ਕਰਾਂ ਜਦੋਂ ਵੀ ਟਕੋਰਾ ਉੱਥੇ ਛੱਡਿਆ ਵਿੰਦਰ ਜਿੱਥੇ ਤੇਰੀਆਂ ਸਿਲਾਣਾਂ ਨੱਥੂ ਮਾਜਰਾ ਨੀ ਤੂੰ ਕੀਤਾ ਸ਼ਰਿਆ ਵਫਾਦਾਰ ਤੂੰ ਹਲੇ ਵੀ ਇੱਜ਼ਤ ਫੜੀ ਬੈਠੀ ਹੈ ਉਹਨੇ ਨਹੀਂ ਸਵਾਲ ਮੇਰੇ ਕੋਲ ਤੇਰੇ ਲਈ ਤੂੰ ਜਿੰਨੇ ਝੂਠੀ ਐ ਨੀ ਜਵਾਬ ਘੜੀ ਬੈਠੀ ਕੀ
ਪੁੱਛੀਏ ਨੀ ਤੇਤੋ ਰੂਹ ਕੰਬਣੀ ਨਾ ਤੇਰੀ। ਜੀ ਖਾਨ ਤੇ ਮੈਂ ਗਾਣਾ ਘੱਟੋ ਘੱਟ 3-4 ਸਾਲ ਗਾਇਆ ਇਕੱਠਿਆਂ ਨੇ। ਜਿਹੜੀ ਗੱਲ ਹੋਈ ਸੀ ਜਿਹੜਾ ਮੈਂ ਸਿਰਫ 2 ਮਿੰਟ ਲੈ, ਜਦੋਂ ਸਲੀਮ ਭਾਈ ਦਾ ਫੋਨ ਆਇਆ ਸੀ ਨਾ ਦੁੱਖ ਦੇਣੇ ਤੋਂ ਬਾਅਦ, ਮੈਂ ਕਿਹਾ ਕੋਈ ਤੋੜ ਤਾਂ ਹੈ ਨਹੀਂ, ਮੈਂ ਕਿਹਾ ਉੱਦਾਂ ਦਾ ਗਾਣਾ ਆ ਜਾਵੇ ਬਸ। ਉਹ ਤੋੜ ਹੈ ਹੀ। ਜਿਹੜੇ ਉਸਤਾਦ ਜੀ ਜਨਾਬ, ਉਸਤਾਦ ਜਨਾਬ ਪੂਰਨ ਸ਼ਾਹ ਕੋਟੀ ਸਾਹਿਬ, ਜਿਨ੍ਹਾਂ ਦੇ ਇਹ ਸ਼ਹਿਜ਼ਾਦੇ ਹੈ ਨਾ, ਉਹ ਤੋੜ ਹੀ ਹੈ। ਔਰ ਮੈਂ ਤੁਹਾਨੂੰ ਇੱਕ ਹੋਰ ਜ਼ਿਕਰ ਕਰਦਾ ਉਸਤਾਦ ਜੀ ਦੇ ਇੱਕ ਸ਼ਾਗਿਰਦ ਸੋਹਣ ਫਰਿਆਦ ਕੋਟੀ ਜੀ। ਹਾਂਜੀ, ਉਹਨਾਂ ਤੋਂ ਮੈਂ ਸਿੱਖਿਆ। ਔਰ ਸੱਚ ਜਾਣਿਓ, ਉਹਨਾਂ ਨੂੰ ਅੱਜ ਤੁਸੀਂ ਦੇਖੋਗੇ ਉਸਤਾਦ ਜੀ ਦੀ ਔਰ ਉਹਨਾਂ ਦੀ ਸ਼ਕਲ ਇਕੁਅਲ ਹੈ, ਇਕੁਅਲ। ਮੈਂ ਲੈ ਕੇ ਆਊਂਗਾ ਤੁਹਾਡੇ ਕੋਲ ਉਹਨਾਂ ਨੂੰ। ਹਾਂਜੀ, ਅੱਜ ਕੱਲ੍ਹ ਉਹ ਆਪਣਾ ਕਸੌਲੀ KV ਕੇਂਦਰੀ ਵਿਦਿਆਲਿਆ ਸਕੂਲ 'ਚ ਉੱਥੇ ਜੋਬ ਕਰਦੇ ਆ, ਮਿਊਜ਼ਿਕ ਟੀਚਰ ਹੈ। ਮੈਂ ਲੈ ਕੇ ਆਊਂਗਾ ਤੁਹਾਡੇ ਕੋਲ ਉਹਨਾਂ ਨੂੰ। ਰੂਹ ਕੰਬਣੀ ਨਾ ਤੇਰੀ, ਅੱਖ ਡੁੱਲ ਜਾਣੀ ਮੇਰੀ, ਜੇ ਸਾਨੂੰ ਬੀਤੇ ਹੋਏ ਵੇਲੇ ਦਾ ਹਿਸਾਬ ਦੇਣ ਲੱਗੀ। ਸਵਾਲ ਤਾਂ ਬੜੇ ਨੇ ਪਰ ਪੁੱਛਣੇ ਨਹੀਂ ਤੈਨੂੰ, ਤੂੰ ਫੇਰ ਝੂਠ ਬੋਲੇਗੀ। ਜਵਾਬ ਦੇਣ ਲੱਗੀ ਸਵਾਲ ਤਾਂ ਬੜੇ ਪਰ ਪੁੱਛਣੇ ਨਹੀਂ ਤੈਨੂੰ। ਜ਼ੁਕਾਮ ਕਰਕੇ ਆਵਾਜ਼ ਜ਼ੁਕਾਮੀ ਜੀ ਅੱਜ। ਯਾਰ ਰੋਣਗੇ ਕਿੱਕਰ ਦੀ ਛਾਵੇਂ, ਨੀ ਗੱਡੀ ਵਿੱਚ ਤੂੰ ਵੀ ਰੋਵੇਂਗੀ ਝੂਠੀਏ। ਆਏ ਹਾਏ, ਪਹਿਲਾਂ ਦੁੱਧ ਹੁਣ ਛੋਲੇ ਲੈ ਕੇ, ਉਹ ਵੀ ਉਪੜੇ ਹੋਏ। ਸੰਗਰਾਮ ਭਾਜੀ ਤੋਂ ਬਾਅਦ ਮੈਂ ਚਾਹੁੰਦਾ ਕਿ ਸਲੀਮ ਜੀ ਉਹ ਜਨਾਬ ਸਰਦੂਲ ਸਿਕੰਦਰ ਸਾਹਿਬ ਨੂੰ ਸਟੇਜ ਤੇ ਲੈ ਕੇ ਆਉਣ। ਬਸ ਇੱਕ ਪੈਰਾ ਹੈਗਾ, ਕੀ ਨੇ ਕਿੱਥੋਂ ਪੈਰ ਮੋੜੇ, ਤੂੰ ਵੀ ਜਾਣ ਮੈਂ ਵੀ ਜਾਣਾ, ਵਿਸ਼ਵਾਸ ਕੀ ਨੇ ਤੋੜੇ, ਤੂੰ ਵੀ ਜਾਣ ਮੈਂ ਵੀ ਜਾਣਾ, ਕਿਨੇ ਕਿੱਥੋਂ ਪੈਰ ਮੋੜੇ, ਤੂੰ ਵੀ ਜਾਣ ਮੈਂ ਵੀ ਜਾਣਾ, ਵਿਸ਼ਵਾਸ ਕਿਨੇ ਤੋੜੇ, ਤੂੰ ਵੀ ਜਾਣ ਮੈਂ ਵੀ ਜਾਣਾ, ਕੀ ਸੋਚ ਕੇ ਤਸੱਲੀ ਹੋ, ਕੀ ਸੋਚ ਕੇ ਤਸੱਲੀ, ਸਾਲਾਂ ਬਾਅਦ ਦੇਣ ਲੱਗੀ। ਸਵਾਲ ਤਾਂ ਬੜੇ ਨੇ ਪਰ ਪੁੱਛਣੇ ਨਹੀਂ ਤੈਨੂੰ,
ਤੂੰ ਫੇਰ ਝੂਠ ਬੋਲੇਗੀ ਜਵਾਬ ਦੇਣ ਲੱਗੀ ਸੋ ਇੰਨੀ ਹਾਜ਼ਰੀ ਕਬੂਲ ਕਰਿਓ ਮੈਂ ਪਹਿਲਾਂ ਕਹਿ ਰਿਹਾ ਵੀ ਇੱਥੇ ਅਸੀਂ ਗਾਉਣ ਆਈ ਨਹੀਂ ਬਸ ਅੱਜ ਇੱਕ ਮਹਿਫਿਲ ਆ ਸਾਰਿਆਂ ਦੀ ਸੋ ਇੰਨਾ ਵੀ ਚੰਗਾ ਲੱਗਿਆ ਹੋਵੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਗੱਡ ਕੇ ਤਾੜੀ ਲਾ ਦਿਓ ਚੰਨ ਵਰਗਾ ਚੰਨ ਵਰਗਾ ਚੰਨ ਵਰਗਾ ਚੰਨ ਵਰਗਾ ਕੋਈ ਇੱਕੋ ਵਾਦਾ ਕਰ ਲੈਂਦੀ ਹੈ ਨੀ ਸਾਨੂੰ ਤਾਰਿਆਂ ਜਿਨੇ ਲਾਰੇ ਕਾਨੂੰ ਲਾਉਂਦੀ ਰਹੀ ਰੱਬ ਵਾਂਗਰਾ ਤੈਨੂੰ ਅਸੀਂ ਚਾਹੁੰਦੇ ਰਹੇ ਤੂੰ ਮਰ ਜਾਣੀਏ ਹੋ ਕਿਸੇ ਨੂੰ ਚਾਹੁੰਦੀ ਰਹੀ ਚੰਨ ਵਰਗਾ ਇੱਕੋ ਵਾਦਾ ਕਰ ਲੈਂਦੀ ਹੈ ਨੀ ਸਾਨੂੰ ਤਾਰਿਆਂ ਜਿਨੇ ਲਾਰੇ ਕਾਨੂੰ ਲਾਉਂਦੀ ਰਹੀ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਸਾਰੇ ਸਾਬਰ ਕੋਟੀ ਉਸਤਾਦ ਜੀ ਵੱਲੋਂ ਪਰਿਵਾਰ ਵੱਲੋਂ ਔਰ ਸਾਰੇ ਜਿੰਨੇ ਸਾਡੇ ਸੁਰੀਲੇ ਉਸਤਾਦ ਲੋਕ ਆਏ ਆ ਵਿੱਚ ਸਰਦੂਲ ਸਾਹਿਬ ਵੱਲੋਂ ਸਾਰਿਆਂ ਅਸੀਂ ਸਾਰੇ ਤੁਹਾਨੂੰ ਥੈਂਕ ਯੂ ਕਰਦੇ ਤੁਸੀਂ ਸਾਰੇ ਆਏ ਥੈਂਕ ਯੂ ਸੋ ਮਚ ਉਸਤਾਦ ਜੀ ਗਲਤੀਆਂ ਬਹੁਤ ਨੇ ਬਸ ਮੇਰੀ ਗੁਜ਼ਾਰਿਸ਼ ਹੈ ਕਿ ਸਟੇਜ 'ਤੇ ਜਿੰਨੇ ਮਜੀਸ਼ਨਾਂ ਤੋਂ ਬਿਨਾਂ ਮੇਰੇ ਭਰਾ ਹੈਗੇ ਨੇ ਉਹ ਸਾਰੇ ਥੱਲੇ ਚਲੇ ਜਾਓ ਭਾਅ ਜੀ ਪਲੀਜ਼ ਸਰਪੰਚ ਜੀ ਦੀ ਤਾਂ ਮੇਰੀ ਬੇਨਤੀ ਹੈ ਪਲੀਜ਼ ਭਾਅ ਜੀ ਸਾਰੇ ਥੱਲੇ ਚਲੇ ਜਾਓ ਜੀ ਅਤੇ ਮੇਰੀ ਗੁਜ਼ਾਰਿਸ਼ ਹੈ ਸਰਦੂਲ ਭਾਅ ਜੀ ਸਾਡੇ ਸ਼ਾਹ ਸਵਾਰ ਨੇ ਉਹ ਸੁਰਾਂ ਦੇ ਉਹਨਾਂ ਤੋਂ ਬਿਨਾਂ ਸਾਡਾ ਕੋਈ ਵੀ ਨਹੀਂ ਕਿਉਂਕਿ ਸੁਰੀਲਿਆਂ ਦੇ ਇੱਕੋ ਹੀ ਸੁਰੀਲੇ ਨੇ ਸਰਦੂਲ ਭਾਅ ਜੀ ਤੁਹਾਡੇ ਤੋਂ ਬਿਨਾਂ ਅਸੀਂ ਕੱਖ ਦੇ ਨਹੀਂ ਮਹਾਰਾਜ ਅਤੇ ਤੁਹਾਡੇ ਨਾਲ ਤਾਂ ਅਸੀਂ ਕਰੋੜਾਂ ਤੋਂ ਵੀ ਗਾਂਹ ਦੇ ਹਾਂ ਸਰਦੂਲ ਸਿਕੰਦਰ ਸਾਹਿਬ ਜਿਨ੍ਹਾਂ ਦੇ ਸਾਬਰ ਭਾਅ ਜੀ ਬੜੇ ਫੈਨ ਨੇ ਮੈਨੂੰ ਯਾਦ ਹੈ ਮੈਂ